ਭਾਜੀ ਮੈਂ ਬਿਮਾਰ ਹਾਂ, ਸ਼ੂਗਰ ਦਾ ਮਰੀਜ਼ ਹਾਂ। ਮੈਂ ਜਨਾਬ ਨਵੇਂ ਰੋਡ ਤੇ ਜਾ ਕੇ ਮਾਲਿਸ਼ ਕਰਾ ਕੇ 50 ਰੁਪਏ ਦਿੰਦਾ ਸਾਂ ਗਰੀਬ ਆਦਮੀ ਮਾਲਸ਼ੀਆਂ ਨੂੰ। ਫਿਰ ਮੈਂ ਘਰ ਆ ਰਿਹਾ ਬਦਮਾਸ਼ ਜਮਾਲਾ ਛਪਰਾਂ ਵਾਲਾ ਉਰਫ ਸ਼ੋਕੇ ਦਾ ਪੁੱਤਰ। ਗੱਲ ਕੀਤੀ ਹੈ ਕਿ ਤੁਸੀਂ ਗਰੀਬ ਬੰਦੇ ਹੋ ਤੇ 50 ਰੁਪਏ ਰੋਜ਼ ਮਾਲਸ਼ੀ ਨੂੰ ਕਿੱਥੋਂ ਦੇ ਦਿੰਦੇ? ਭਾਜੀ ਯਾਰ ਦੋਸਤ ਦਿੰਦੇ। ਪੁੰਨੂ ਜੀ ਆਪਣੀ ਖਾਤਰ ਖਿਦਮਤ ਕਰੋ, ਆਪਣੀ ਸਿਹਤ ਦਾ ਖਿਆਲ ਰੱਖੋ। ਅੱਛਾ ਤੁਹਾਡੇ ਨਾਲ ਵਕੂਆ ਕੀ ਹੋਇਆ? ਵਕੂਆ ਹੋਇਆ ਜੀ ਜਮਾਲਾ ਗੇਟ ਬੂਵੇ ਵਾਲਾ ਛੋਕੇ ਟਾਂਗੇ ਵਾਲਾ ਮੁੰਡਾ। ਇਹ ਜਨਾਬ ਤਾਂ ਦੋ ਮੁੰਡੇ ਹੋਰ ਚੌਕੀਦਾਰ ਕੋਲ ਛੱਪਰਾਂ ਚੜ੍ਹੇ ਨੇ, ਆਪਣੀ ਸਾਈਡ ਛੱਡ ਕੇ ਮੇਰੇ ਵਾਲੇ ਪਾਸੇ ਰੰਗ ਸਾਈਡ ਆਣ ਕੇ ਮੈਨੂੰ ਕੀਤਾ ਨੇ ਗਊ ਗਊ ਗਊ, ਅੱਖਾਂ ਮੇਰੀਆਂ ਹੱਥ ਮਾਰਦੇ ਮੈਨੂੰ ਖੌਫ ਨਾ ਕਰਕੇ ਮੈਨੂੰ ਚੁੱਕ ਕੇ ਸਾਈਕਲ ਸਮੇਤ ਨਾਲੇ ਜਮਾ ਲਿਆ ਇਹਨਾਂ ਨੇ। ਮੈਂ ਜਨਾਬ ਨਾਲੇ ਵਿੱਚ ਜਾ ਪਿਆ, ਫਿਰ ਸਰਕਾਰ ਮੇਰੀ ਮੈਂ ਟੱਠਾ ਨੇ ਚੌਕੀਦਾਰੂ ਜੋ ਆਇਆ, ਉਹਨੇ ਕਿਹਾ ਮੇਰੇ ਕੋਲੋਂ ਜਮਾਲਾ ਰਹੀ ਤਾਂ ਦੋ ਮੁੰਡੇ ਹੋਰ ਆਏ। ਮੈਂ ਕਿਹਾ ਮੈਂ ਸਿਆਣ ਲੈਣ ਮੇਰੇ ਨਾਲੇ ਜੇ ਹੀ ਛੱਡ ਕੇ ਗਏ, ਮੇਰਾ ਇਤਨਾ ਇਤਨਾ ਪਾਣੀ ਡੂੰਘਾ ਨਾਲੇ ਵਿੱਚ ਖੁੱਭ ਗਿਆ। ਉਹਨਾਂ ਕੱਢਿਆ ਬਾਹਰ, 9,500 ਰੁਪਏ ਨਕਦੀ ਸੀ ਜੇਬ ਮੇਰੀ ਵਿੱਚ ਤੇ ਇੱਕ ਮੋਬਾਈਲ ਡਬਲ ਕੈਮਰੇ ਦਾ। ਪੁੰਨੂ ਜੀ ਤੁਸੀਂ ਕਹਿੰਦੇ ਹੋ ਕਿ ਤੁਸੀਂ ਗਰੀਬ ਹੋ ਤੇ 9,500 ਰੁਪਏ ਕਿੱਥੋਂ ਆ ਗਿਆ ਤੁਹਾਡੇ? ਭਾਜੀ ਮੈਨੂੰ ਯਾਰ ਦੋਸਤ ਮਾਲੀ ਮਦਦ ਸ਼ਦਤ ਮੈਨੂੰ ਦਿੰਦੇ ਹੋ, ਆਦੇ ਤੂੰ ਅਤਰ ਖਿਦਮਤ ਆਪਣੀ ਕਰ, ਦਵਾਈਆਂ ਟੀਕੇ ਖਾ। ਮੇਰੇ ਕੋਲ ਪੈਸੇ ਹੁੰਦੇ ਸੀ, ਮੈਨੂੰ ਯਾਰ ਦੋਸਤ ਦਿੰਦੇ, ਭੈਣਾਂ ਭਰਾ ਦਿੰਦੇ ਸੀ ਮੈਨੂੰ ਪੈਸੇ, ਤੇ ਮੇਰੇ ਨਾਲ ਇੰਨਾ ਜ਼ਿਆਦਤੀ ਕੀਤੀ ਹੈ ਗਰੀਬ ਆਦਮੀ ਮਸਕੀਨ ਨਾਲ। ਮੈਂ ਮੈਟਰ ਵੀ ਅਜਤੀ ਵੀ ਹਾਂ, ਮਾਂ ਪਿਓ ਮੇਰਾ ਮਰੇ ਆ ਜਨਾਬ, ਇਹਨਾਂ ਮੇਰੇ ਨਾਲ ਜ਼ੁਲਮ ਕੀਤਾ ਬੜਾ। ਮੈਂ ਪੁਲਿਸ ਕੋਲ ਜਾ 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 ਕੇ ਰੱਜ ਰਿਹਾ, 20-21 ਦਿਹਾੜੇ ਮੈਨੂੰ ਪੁਲਿਸ ਖੱਜਲ ਕੀਤਾ। ਅਨਸਰ ਮੁਲਾਜ਼ਮ, ਬੱਟ ਸਰਫਰਾਜ਼, ਅਰਫਾਨਾ ਜੱਟ ਤਾਂ ਅਰਸ਼ਦ ਗੱਡੀ ਵਾਲਾ, ਇਹਨਾਂ ਜਨਾਬ ਸਾਰਿਆਂ ਮੇਰੇ ਲੈ ਲੈ ਕੇ ਦਰਖਾਸਤ ਵੱਡੇ ਆ ਤਾਂ ਦਿਹਾੜੀ ਆ, ਪਿਛਲੇ ਟਾਈਮ ਆ ਤਾਂ ਡਿਗਰੀ ਜਾ। ਆਖਿਰ ਮੈਨੂੰ 20-22 ਦਿਹਾੜੇ ਕਜਲ ਕੀਤਾ ਇਸ ਕਾਨੂੰਨ ਨੇ, ਮੈਂ ਜ਼ਲੀਲੋ ਖਵਾਰ ਹੋ ਗਿਆ ਇਸ ਕਾਨੂੰਨ ਸਰ ਆਲਮਗੀਰ ਥਾਣੇ ਦੇ। ਮੈਂ ਅੱਕ ਗਿਆ, ਮੈਂ ਅੱਕ ਗਿਆ। ਮੇਰੀ ਫਰਿਆਦ ਸੁਣ, ਬਦਮਾਸ਼ ਨੂੰ ਕਾਬੂ ਕਰੋ, ਲੱਭੜੋ ਬਦਮਾਸ਼ ਮੈਨੂੰ। ਥੋੜੀ ਧਮਕੀਆਂ ਦੇਣਾ, ਪਿਸਤੌਲ ਨੇਵਿਆਂ ਨੂੰ ਕੱਢ ਕੱਢ ਦਿਖਾਉਂਦਾ, ਮੈਨੂੰ ਦਿਖਾਉਂਦਾ ਪਿਸਤੌਲ ਲਈ ਵੀ ਕੱਢ ਕੱਢ ਗਿਆ ਜਨਾਬ। ਤੇ ਮੈਂ ਜਨਾਬ ਬਹੁਤ ਡਰ ਗਿਆ ਬੰਦੇ ਤੂੰ, ਬਹੁਤ ਖਤਰਨਾਕ, ਮੈਨੂੰ ਇੰਨਾ ਜਨਾਬ ਖੌਫ ਨਾ ਕੀਤਾ, ਮੈਂ ਕਿਧਰੇ ਸਹੀ ਆ ਜਾ ਨਾ ਰਿਹਾ ਕੁਲ ਕੇ। ਬਦਮਾਸ਼ ਦੀ ਮੈਨੂੰ ਧਮਕੀਆਂ, ਉਹਨਾਂ ਇਹ ਕਿਹਾ ਜੀ ਤੁਸੀਂ ਥਾਣੇ ਵਾਲੇ ਨੂੰ ਦੱਸਿਆ? ਮੈਂ ਕਿਹਾ ਜੀ ਦੱਸਿਆ, ਉਹਨਾਂ ਕਿਹਾ ਫਿਰ ਜਾ ਕੇ ਦੱਸੋ। 23 ਦਿਨ ਮੈਂ ਜ਼ਲੀਲ ਹੋਇਆ ਥਾਣੇ ਸਰ ਆਲਮਗੀਰ ਵਿੱਚ, ਜਾ 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 ਕੇ ਕੋਈ ਮੇਰੀ ਸੁਣਾਈ ਨਹੀਂ ਹੋਈ। ਸਭ ਮੁਲਾਜ਼ਮਾਂ ਨੂੰ ਆਖਿਆ ਲੱਪੜੋ ਲੱਪੜੋ, ਨਹੀਂ ਲੱਪੜਿਆ ਨਾ ਮੁਜਰਮ, ਮੇਰਾ ਮੇਰਾ ਮੁਜਰਮ ਹੀ ਹੈ, ਤੁਹਾਡੀ ਮੈਨੂੰ ਅੱਖਾਂ ਕਰਦਾ, ਮੇਰੇ ਪਿੱਛੇ ਪਿੱਛੇ ਫਿਰਦਾ, ਮੈਨੂੰ ਖੌਫ ਨਾ ਕੀਤੇ ਆ। ਮੈਨੂੰ ਜਨਾਬ ਦਾ ਕੋਲ ਖਤਰਾ ਬਹੁਤ ਜ਼ਿਆਦਾ, ਲੈਣਾ ਮੇਰੀ ਜਨਾਬ ਮਦਦ ਕੀਤੀ ਜਾ, ਇਸ ਬਦਮਾਸ਼ ਨੂੰ ਟਕਿਆ ਜਾ, ਮੈਂ ਇਸ ਬਦਮਾਸ਼ ਨੂੰ ਨਾ ਪਛਾਣ ਦੋ, ਮੈਨੂੰ ਕਤਲ ਵੀ ਕਰ ਸਕਦਾ। ਰਾਤ ਦਾ 11 ਵੇਲੇ ਵਾਕਿਆ ਦੱਸਦਾ, ਬਿਜਲੀ ਉਸ ਟਾਈਮ ਗਈ ਸੀ ਮੈਨੂੰ ਚਿਆਣ ਲਿਆ, ਲੈਣ ਪਈ ਮੈਂ ਇਕਦਮ, ਮੈਂ ਕਿਹਾ ਜਮਾਲਿਆ ਤੂੰ ਮੇਰਾ ਜ਼ੁਲਮ ਕਰਨਾ, ਕਿਆ ਮਾਰੀ ਹੈ ਕਤਲ ਕੀਤੀ ਹੈ ਮਾਈ, ਬਦਮਾਸ਼ ਹੈ ਸਾਹਿਬ ਬਦਮਾਸ਼ ਹੈ, ਇਹਦਾ ਗੰਦਾ ਪੀਲ। ਮੈਨੂੰ ਕਹਿੰਦਾ ਕਿ ਮੈਨੂੰ ਤੈਨੂੰ ਪਤਾ ਇਹਦੇ ਪੁਲਿਸ ਨਾਲ ਬੜਾ ਚਲੇਗਾ, ਤੂੰ ਸਾਡਾ ਕੱਖ ਨਾ ਕਰ ਸਕਦਾ ਥਾਣਾ, ਜਿਤਨੀ ਵਾਰ ਦਿਲ ਜਾ ਕੇ ਸਾਡਾ ਦੱਸ। ਮੈਂ ਕਿਹਾ ਮੇਰੀ ਜਾਨ ਵੀ ਜਾਏ, ਮੇਰਾ ਇਮਾਨ ਵੀ ਜਾਏ, ਮੇਰੀ ਜ਼ਿੰਦਗੀ ਬਾਹਰ ਬੱਚਾ ਵੀ ਜਾਏ, ਮੇਰਾ ਘਰ ਬਾਹਰ ਤਬਾਹ ਹੈ, ਇਸ ਬਦਮਾਸ਼ ਨੂੰ ਮੈਂ ਕੜੀ ਲਵਾਵੇਂ ਲਵਾਵਾਂ ਲਵਾਵੇਂ ਲਵਾਵਾਂ, ਕਾਨੂੰਨ ਦੇ ਪੁੱਛ ਕੇ ਜਿਹਨੂੰ ਮੈਂ ਵੜਾਂ ਦਾ ਕਿਨੇ, ਇੱਕ ਵਾਰੀ ਮੇਰੀ ਭਾਵੇਂ ਗਰਦਨ ਲੈ ਜਾ ਇਸ ਬਦਮਾਸ਼ ਨੂੰ, ਮੈਂ ਆਪਣੇ ਜ਼ੁਲਮ ਦਾ ਬਦਲਾ ਜ਼ਰੂਰ ਲੈਸਾਂ। ਮੇਰੇ ਨਾਲ ਜ਼ਿਆਸਤੀ ਹੋਈ ਹੈ, ਜ਼ੁਲਮ ਹੋਇਆ ਹੈ, ਮੇਰੇ ਨਾਲ ਬਦਮਾਸ਼ੀ ਹੋਈ ਹੈ, ਮੈਂ ਮਰੀਜ਼ ਹਾਂ ਸ਼ੂਗਰ ਦਾ, ਮੇਰੇ ਨਾਲ ਬਹੁਤ ਜ਼ੁਲਮ ਇਸ ਬੰਦੇ ਕੀਤਾ ਹੈ। ਕਹਿੰਦਾ ਮੇਰਾ ਪਿਸਤੌਲ 300 ਗੋਲੀ ਕਰਦਾ, ਮੈਂ ਕਿਹਾ ਲੋਕਾਂ ਕੋਲ ਕੋਈ ਡਿਸਪਲਿਨ ਦੀ ਨਹੀਂ ਹੋਣੀ, ਮੇਰੇ ਪਿੱਛੇ ਵੀ ਲੋਕ ਤੈਨੂੰ 300 ਮਾਰੇ ਦਾ ਤੈਨੂੰ 600 ਮਾਰਨ ਦੇ, ਕਾਬਰ ਨਾ ਇੱਟ ਨਾਲ ਇੱਟ ਖੜਕਾ ਲਾ ਤੇਰੇ ਨਾਲ ਜ਼ਰੂਰ, ਲੇਕਿਨ ਇਸ ਬਦਮਾਸ਼ ਨੂੰ ਖੌਫਨਾਕ ਕਰਕੇ ਇਹਨੂੰ ਥਾਣਾ ਜਨਾਬ ਗ੍ਰਿਫਤਾਰੀ ਲਈ ਜਾਈ ਚਾਹੀਦੀ। ਜੀ ਇਹ ਦੱਸੋ ਕਿ ਅੱਜ ਕੱਲ੍ਹ ਇਲੈਕਟ੍ਰੋਨਿਕ ਮੀਡੀਆ ਦਾ ਦੌਰ ਹੈ, ਹਰ ਬੰਦਾ ਜਿਹੜਾ ਵੈ ਨਿੱਕੇ ਤੋਂ ਨਿੱਕਾ ਮਸਲਾ ਸਾਫੀਆਂ ਕੋਲ ਲੈ ਕੇ ਆਉਂਦਾ, ਤੁਸੀਂ ਵੀ ਕਿਸੇ ਸਾਫੀ ਦੇ ਨਾਲ ਕੋਈ ਰਾਬਤਾ ਕੀਤਾ ਸਰ ਆਲਮਗੀਰ ਦੇ ਸਾਫੀਆਂ? ਬਿਲਕੁਲ ਜਨਾਬ, ਸਾਫੀਆਂ ਕੋਲ ਜਾਂਦਾ ਰਿਹਾ, ਫਰੂਕੀ ਨੂੰ ਦੱਸਿਆ, ਉਹਨਾਂ ਕਹੀਏ ਮੇਰੇ ਕੋਲ ਟਾਈਮ ਹੀ ਕੋਣੀ, ਔਰ ਇੱਕ ਦੋ ਨੂੰ ਮਿਲਿਆ, ਉਹਨਾਂ ਕਹੀ ਤੇਰਾ ਕੁਝ ਕਰਨੇ ਆ, ਸਾਫੀ ਵੀ ਅੱਗੇ ਪਿੱਛੇ ਲਾਈ ਰੱਖਿਆ ਨੇ ਜਨਾਬ ਮੈਨੂੰ। ਉਹਨਾਂ ਕਿਹਾ ਜੀ ਬੱਟ ਕੋਲ ਜਾਓ, ਬੱਟ ਕੋਲ ਜਾ ਜਾ ਕੇ ਫਿਰ ਬੱਟ ਬੁਲਾਉਂਦੇ ਅਨਸਰ ਮੁਨਸ਼ੀ ਨੂੰ, ਅੰਜਲ ਮੁਨਸ਼ੀ ਬਾਡਰ ਨੂੰ ਕਹਿੰਦਾ ਲੈ ਕੇ ਆ, ਲੈ ਕੇ ਆ ਮੁਜਰਮ, ਕੋਈ ਨਹੀਂ ਲਿਆਉਂਦੇ। ਤੁਹਾਡੀ ਦਰਖਾਸਤ ਹੋਈ ਹੈ? ਬਿਲਕੁਲ ਜਨਾਬ, ਦਰਖਾਸਤ ਥਾਣਾ ਪਈ ਹੈ ਮੇਰੀ। ਹੁਣ ਕੀ ਚਾਹੁੰਦੇ? ਮੈਂ ਚਾਹੁੰਦਾ ਮੈਨੂੰ ਇਨਸਾਫ ਮਿਲਿਆ ਜਾਏ, ਥਾਣਾ ਮੈਨੂੰ ਇਨਸਾਫ ਦਵਾਏ,
ਸਰਾਲਮਗੀਰ ਸ਼ਹਿਰ ਮੈਨੂੰ ਭਾਣਾ ਭਰਾ ਜਿਹੜੇ ਦੋਸਤ ਯਾਰ ਮੈਨੂੰ ਇਨਸਾਫ ਦਵਾਇਆ ਜਾਏ। ਇਸ ਬਦਮਾਸ਼ ਨੂੰ ਜੇ ਨਾ ਮੈਂ ਪਛਾਣ ਦੋ ਮੈਨੂੰ ਇਹ ਬਦਮਾਸ਼ ਕਤਲ ਵੀ ਕਰ ਸਕਦਾ ਹੈ। ਅਗਰ ਤੁਹਾਨੂੰ ਇਨਸਾਫ ਨਾ ਮਿਲਿਆ ਤਾਂ ਕੀ ਕਰੋ? ਨਾ ਮਿਲਿਆ ਇਨਸਾਫ ਮੈਂ ਜਿੱਡੀ ਰੋਡ ਵਿੱਚ ਆਣ ਕੇ ਆਪਣਾ ਖੁਦਕਸ਼ੀ ਹਮਲਾ ਕਰਾਂਦਾ। ਜਾਂ ਜੋ ਵੀ ਮੈਨੂੰ ਕਰਸੋ ਮੈਂ ਕਰਨ ਨੂੰ ਤਿਆਰ ਹਾਂ। ਗੱਡੀਆਂ ਨਾਲ ਵੱਜਾਂ ਦਾ ਰੋਡਾਂ 'ਚ ਆਪਣਾ ਸਿਰ ਖੋਲਾਂ ਦਾ ਗੱਡੀਆਂ ਥੱਲੇ ਆਪਣਾ ਸਿਰ ਦਿਆਂ ਦਾ। ਮੇਰੇ ਜਨਾਬ ਜਿਹੜਾ ਇਹਨਾਂ ਜਮਾਲਿਆ ਰਾਮਨ ਛੱਡਿਆ ਮੈਂ ਉਹ ਜਨਾਬ ਕਰਨ ਨੂੰ ਤਿਆਰ। ਚਲੋ ਜੀ ਜ਼ਰਾ ਐ ਜਨਾਬ ਬਾਜ਼ੂ ਮੇਰਾ ਮਹੀਨਾ ਦੋ ਮਹੀਨੇ ਇਸ ਬਾਜ਼ੂ ਨੂੰ ਹੋ ਗਏ ਲੇਕਿਨ ਇਹ ਵੀ ਮੈਨੂੰ ਦਰਦ ਹੁੰਦਾ ਹੈ। ਜ਼ਰਾ ਕੀ ਠੰਡ ਪਵੇ ਮੇਰੀ ਬਾਂਹ ਨੂੰ ਚਰਾਡਾ ਪੈਂਦੀਆਂ ਜ਼ੁਲਮ ਹੈ ਮੇਰੇ ਨਾਲ ਹੋਇਆ ਤੇ ਆਪ ਜਿੱਤੇ ਰਹੇ ਮੇਰੇ ਨਾਲ। ਮੈਨੂੰ ਇਨਸਾਫ ਦਿਵਾ ਜਾ ਜਨਾਬ ਮੇਰੀ ਬਾਂਹ ਨੂੰ ਬੜਾ ਸਖਤ ਦਰਦ ਹੁੰਦਾ।